ਗੁਰੂ ਰਾਮਦਾਸ ਜੀ ਨਗਰੀ ਨੂੰ ਇਹ ਟਿਕਟ ਹੈ, ਇੱਥੋਂ ਦੇ ਪਵਿੱਤਰ ਸਰੋਵਰਾਂ ਨੂੰ ਟਿਕਟ ਹੈ, ਇੱਥੋਂ ਦੇ ਧਾਰਮਿਕ ਸਥਾਨਾਂ ਦੀ, ਇੱਥੋਂ ਦੀ ਸੰਗਤ ਦੀ ਟਿਕਟ ਹੈ। ਮੈਂ ਉਹਨਾਂ ਨੂੰ ਸਮਰਪਿਤ ਹਾਂ, ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਾ, ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਦਾ, ਮੈਂ ਅੰਮ੍ਰਿਤਸਰ ਦੀ ਲੋਕਲ ਲੀਡਰਸ਼ਿਪ ਦਾ ਧੰਨਵਾਦ ਕਰਦਾ, ਜਿਨ੍ਹਾਂ ਦੀ ਸਹਿਮਤੀ ਦੇ ਨਾਲ ਇਹ ਪ੍ਰਵਾਸ ਨੇ ਬਸ ਗੁਰੂ ਦਾ ਆਤਮਸਤਕ ਹੋਏ। ਇਸ ਧਰਤੀ ਨੂੰ, ਇਹ ਧਰਤੀ ਹਮੇਸ਼ਾ ਪੂਜਣਯੋਗ ਹੈ, ਇਹਦੀ ਧਰਤੀ ਦੀ ਬਦੌਲਤ ਸਾਰਾ ਕੁਝ ਹੈ। ਅੰਮ੍ਰਿਤਸਰ ਵਾਸੀਆਂ ਨੇ ਪਹਿਲਾਂ ਹੀ ਜਿੱਤ ਹਾਸਲ ਕਰਤੀ ਹੈ ਜੀ, ਮੋਹਿਲਾ ਸਾਹਿਬ, ਅੰਮ੍ਰਿਤਸਰ ਵਾਸੀਆਂ ਨੇ ਪਹਿਲਾਂ ਹੀ ਐਲਾਨ ਕੀਤਾ ਜੀ। ਨਹੀਂ ਬਿਲਕੁਲ, ਅਸੀਂ ਇਲੈਕਸ਼ਨ 'ਚ ਉਤਰਾਂਗੇ ਔਰ ਆਪਣੇ ਮੁੱਦੇ ਲੈ ਕੇ ਉਤਰਾਂਗੇ ਔਰ ਆਸ ਕਰਦੇ ਹੋ ਸਾਡੇ ਵਿਸ਼ਵਾਸ ਕਰਨਗੇ ਫਿਰ। ਦੇਖੋ ਉਹ ਆਪੋ ਆਪਣੀਆਂ ਖਬਰਾਂ ਲਾਉਣ ਵਾਲਿਆਂ ਦੇ ਸੋਰਸ ਹੁੰਦੇ ਆ, ਆਪਾਂ ਤਾਂ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਕਹਿੰਦੇ ਹਾਂ, ਇਹ ਕਾਂਗਰਸ ਪਾਰਟੀ ਦੇ ਸਿਪਾਹੀ ਹੈ, ਉਦੋਂ ਵੀ ਕਿਹਾ ਕਾਂਗਰਸ ਪਾਰਟੀ ਜਿਹਨੂੰ ਵੀ ਟਿਕਟ ਦੇਗੀ ਔਜਲਾ ਨਾਲ ਖੜਾ ਹੈ ਔਰ ਅੱਜ ਵੀ ਉੱਥੇ ਹੀ ਔਜਲਾ। ਇਹ ਮੇਰੀ ਟਿਕਟ ਨਹੀਂ ਗੀ, ਇਹ ਗੁਰੂ ਨਗਰੀ ਦੀ ਟਿਕਟ ਹੈ, ਇਸ ਨਗਰੀ ਦੇ ਪਵਿੱਤਰ ਸਥਾਨ। ਮੈਂ ਜੀ ਸਭ ਤੋਂ ਪਹਿਲਾਂ ਆਪਣੀ ਹਾਈਕਮਾਂਡ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ ਔਜਲਾ ਸਾਹਿਬ ਨੂੰ ਤੀਸਰੀ ਵਾਰੀ ਇਹ ਮੌਕਾ ਦਿੱਤਾ ਅਤੇ ਸਾਡੇ ਸਾਰੇ ਅੰਮ੍ਰਿਤਸਰ ਨਗਰੀ ਦਾ ਮਾਣ ਕੀਤਾ। ਬਹੁਤ ਵੱਡਾ ਜੋਸ਼ ਤੁਸੀਂ ਦੇਖ ਰਹੇ ਹੋ ਵਰਕਰਾਂ ਦੇ ਵਿੱਚ, ਅੱਜ ਇੰਤਜ਼ਾਰ ਹੋ ਰਿਹਾ, ਦੁਰਗਾ ਅਸ਼ਟਮੀ ਦੇ ਬਾਵਜੂਦ ਅੱਜ ਜੋਤਾਂ ਨੇ, ਲੋਕ ਪਹੁੰਚੇ ਨੇ, ਜਿੰਨੇ ਅੰਦਰ ਦਿਖਾਈ ਦੇ ਉਨੇ ਹੀ ਬਾਹਰ ਨੇ ਔਰ ਇਹ ਮਾਹੌਲ ਦੱਸ ਰਿਹਾ ਕਿ ਐਰਕੀ ਜੇ ਔਜਲਾ ਸਾਹਿਬ ਪਿਛਲੀ ਵਾਰੀ 1 ਲੱਖ ਵੋਟ ਤੋਂ ਜਿੱਤੇ ਨੇ, ਇਹ ਲੀਡ ਐਰਕੀ ਬਹੁਤ ਅੱਗੇ ਵਧੇਗੀ। ਮੈਂ ਕਹਿੰਦਾ ਤੁਹਾਡੇ ਸਾਹਮਣੇ ਫੋਟੋਆਂ ਖਿਚਾਉਣ ਤੋਂ ਟਾਈਮ ਨਹੀਂ ਮਿਲਣ ਦਿਆ ਤੁਹਾਨੂੰ, ਆ ਬਾਈਕ ਲੈਣ ਲੱਗਿਆ 15-20 ਮਿੰਟ ਲੱਗੇ ਮੇਰੇ ਨਾਲ ਅੱਗੇ ਆਉਂਦੇ ਆ ਜੀ। ਨਹੀਂ ਐਰਕੀ ਸਗੋਂ 4 ਕੌਮੀ ਮੁਕਾਬਲਾ ਹੋਣ ਕਰਕੇ ਬਾਕੀ ਵੋਟ ਵੰਡੀ ਜਾਣੀ ਹੈ ਜੀ। ਕਾਂਗਰਸ ਪਾਰਟੀ ਦਾ ਆਪਣਾ ਵੋਟ ਬੈਂਕ ਹੈ, ਕਾਂਗਰਸ ਦੀ ਵੋਟ ਐਰਕੀ ਇਸ ਕਰਕੇ ਵਧਣੀ ਆ ਕਿ ਬਦਲਾਵ ਵੀ ਵੇਖ ਲਿਆ ਸਾਰਿਆਂ ਨੇ, 2 ਸਾਲ ਹੋ ਗਏ ਆ, ਅਕਾਲੀ ਭਾਜਪਾ ਨੂੰ ਵੀ ਦੇਖ ਲਿਆ ਸੈਂਟਰ ਦੇ ਵਿੱਚ। ਇਹ ਸਟੇਟ ਦੇ ਇਲੈਕਸ਼ਨ ਨਹੀਂ ਹੈ, ਸੂਬੇ ਦੇ, ਇਹ ਪਾਰਲੀਮੈਂਟ ਦੇ ਇਲੈਕਸ਼ਨ ਹੈ, ਇਹ ਇੰਡੀਆ ਗਠਬੰਧਨ ਵਰਸਿਜ ਹੈ ਰਾਹੁਲ ਗਾਂਧੀ ਔਰ ਮੋਦੀ ਦੇ ਵਿੱਚ ਇਲੈਕਸ਼ਨ ਹੈ ਔਰ ਲੋਕ ਚਾਹ ਰਹੇ ਨੇ ਕਿ ਇੱਕ ਨੌਜਵਾਨ ਰਾਹੁਲ ਗਾਂਧੀ ਦੇਸ਼ ਦੀ ਨੁਮਾਇੰਦਗੀ ਕਰੇ। ਮੋਦੀ ਦੀ ਕਾਰਗੁਜ਼ਾਰੀ 4 ਜੂਨ ਨੂੰ ਪਤਾ ਲੱਗ ਜਾਣੀ ਹੈ ਜੀ, ਮੈਂ ਕੀ ਕਹਿ ਸਕਦਾ ਜੀ, ਬਹੁਤ ਵੱਡਾ ਦੇਸ਼ ਹੈ, ਆਪੇ ਲੋਕਾਂ ਨੇ ਫੈਸਲਾ ਲੈ ਦੇਣਾ ਜੀ।